ਰੁੱਟ ਰਾੜੇ ਰੁੱਟ ਰਾੜੇ ਦੀ ਰੀਤ ਸਾਡੀ ਕਲਾ ਦੀ ਜੀਤ। ਭਾਰਤ ਕਾ ਡੁੱਗਰ ਪ੍ਰਦੇਸ਼ ਇੱਕ ਵਿਸ਼ਾਲ ਆਂਚਲ ਹੈ। ਇਸਕੀ ਸੰਸਕ੍ਰਿਤੀ ਮਿਲੀ ਜੁਲੀ ਸੰਸਕ੍ਰਿਤੀ ਹੈ। ਯਹਾਂ ਹਰ ਧਰਮ ਜਾਤ ਬਿਰਾਦਰੀ ਔਰ ਵਰਗ ਕੇ ਲੋਕ ਰਹਿਤੇ ਹੈਂ। ਯਹਾਂ ਹਰ ਪ੍ਰਕਾਰ ਕੇ ਪਰਵ ਤਿਉਹਾਰ ਮਨਾਏ ਜਾਤੇ ਹੈਂ, ਜਿਸਮੇਂ ਧਾਰਮਿਕ ਸਮਾਜਿਕ ਏਵਮ ਮੌਸਮ ਅਥਵਾ ਫਸਲ ਸੰਬੰਧਿਤ ਤਿਉਹਾਰ ਸ਼ਾਮਿਲ ਹੈਂ। ਰੁੱਟ ਰਾੜੇ ਕਾ ਤਿਉਹਾਰ ਫਸਲ ਔਰ ਸਮਾਜ ਕੇ ਦੋਨੋਂ ਪਕਸ਼ੋਂ ਕੋ ਦਰਸ਼ਾਤਾ ਹੈ। ਯਹ ਰਾੜੇ ਚਿੰਨਨੇ ਯਾਨੀ ਕਿ ਸਜਾਨੇ ਕੀ ਕਲਾ ਹਮਾਰੇ ਡੁੱਗਰ ਪ੍ਰਦੇਸ਼ ਮੇਂ ਲੁਪਤ ਹੋ ਰਹੀ ਹੈ। ਇਸੀ ਕਲਾ ਕੋ ਬਚਾਨੇ ਕੇ ਲੀਏ ਹਮਨੇ ਰੁੱਟ ਰਾੜੀ ਕੀ ਕਲਾ ਕਾ ਚੁਣਾਵ ਕਰਕੇ ਆਜ ਫਿਰ ਲੋਗੋਂ ਕੋ ਸੋਚਨੇ ਪਰ ਮਜਬੂਰ ਕਰ ਦਿਆ ਹੈ ਕਿ ਰੁੱਟ ਰਾੜੇ ਕਲਾ ਸਾਡੇ ਮੁਲਕੇ ਦਾ ਸ਼ਿੰਗਾਰ। ਵਿਆਪਕ ਤੌਰ ਪਰ ਇਸ ਤਿਉਹਾਰ ਕਲਾ ਕਾ ਮੁੱਖ ਸੰਬੰਧ ਨਈ ਵਿਆਹਤਾ ਔਰ ਕੁੰਵਾਰੀ ਲੜਕੀਓਂ ਸੇ ਹੋਤਾ ਹੈ, ਪਰ ਘਰ ਪਰਿਵਾਰ ਕੇ ਬਾਕੀ ਸਦੱਸਯ ਵੀ ਕਿਸੀ ਨਾ ਕਿਸੀ ਰੂਪ ਮੇਂ ਇਸਮੇਂ ਸ਼ਾਮਿਲ ਹੋਤੇ ਹੈਂ। ਇਸ ਤਿਉਹਾਰ ਕੀ ਖੂਬੀ ਇਹ ਹੈ ਕਿ ਇਹ ਏਕ ਦੋ ਦਿਨ ਨਹੀਂ ਬਲਕਿ ਪੂਰੇ ਮਹੀਨੇ ਚਲਤਾ ਹੈ। ਆਸ਼ਾੜ ਮਾਸ ਕੇ ਸੰਕ੍ਰਾਂਤੀ ਕੋ ਰਾੜੇ ਮਿੱਟੀ ਮੇਂ ਦਬਾਏ ਜਾਤੇ ਹੈਂ। ਯਹ ਰਾੜੇ ਘਰ ਆਂਗਨ ਯਾ ਘਰ ਕੇ ਪਿਛਵਾੜੇ ਮੇਂ ਦਬਾਏ ਜਾਤੇ ਹੈਂ। ਇਸੀ ਦਿਨ ਨਈ ਵਿਆਹਤਾ ਔਰ ਕੁੰਵਾਰੀ ਲੜਕੀਓਂ ਦੁਆਰਾ ਮਿੱਟੀ ਕੇ ਘੜੋਂ ਔਰ ਮਟਕੇ ਮਟਕੀਓਂ ਕੇ ਬਿੱਲ ਇਕੱਠਾ ਕਰਕੇ ਰਾੜੇ ਦਬਾਨੇ ਵਾਲੇ ਸਥਾਨ ਕੋ ਅੱਛੀ ਪ੍ਰਕਾਰ ਸੇ ਸਮਤਲ ਕਰਕੇ ਲੀਪਾ ਪੋਤਾ ਜਾਤਾ ਹੈ। ਫਿਰ ਭਾਂਤੀ ਭਾਂਤੀ ਕੇ ਰੰਗ ਤਿਆਰ ਕੀਏ ਜਾਤੇ ਹੈਂ। ਯਹ ਸਭੀ ਰੰਗ ਲੜਕੀਆਂ ਆਪਣੇ ਹੱਥੋਂ ਸੇ ਤਿਆਰ ਕਰਤੀ ਹੈਂ, ਬਾਜ਼ਾਰੂ ਰੰਗ ਪ੍ਰਯੋਗ ਮੇਂ ਨਹੀਂ ਲਾਏ ਜਾਤੇ ਹੈਂ। ਮਿੱਟੀ ਕੇ ਟੂਟੇ ਬਰਤਨ, ਈਂਟ, ਕੋਇਲਾ, ਪੇੜੋਂ ਕੇ ਪੱਤੇ, ਫੂਲੋਂ ਕੋ ਪੀਸ ਕਰ ਰੰਗ ਤਿਆਰ ਕੀਏ ਜਾਤੇ ਹੈਂ। ਸਭੀ ਰੰਗ ਵਾਤਾਵਰਣ ਕੇ ਅਨੁਕੂਲ ਹੋਤੇ ਹੈਂ, ਇਸਮੇਂ ਕੋਈ ਹਾਨੀ ਨਹੀਂ ਹੋਤੀ। ਘਰ ਮੇਂ ਜਿਤਨੇ ਵੀ ਮਰਦ ਹੋਂ ਉਤਨੇ ਹੀ ਬਿੱਲ ਦਬਾਏ ਜਾਤੇ ਹੈਂ। ਘਰ ਕੇ ਸਭਸੇ ਬਜ਼ੁਰਗ ਮਰਦ ਕਾ ਰਾੜਾ ਸਭੀ ਰਾੜੋਂ ਕੇ ਮੱਧਯ ਦਬਾਇਆ ਜਾਤਾ ਹੈ, ਜਿਸੇ ਘਮ ਰਾੜਾ ਕਹਾ ਜਾਤਾ ਹੈ। ਕਹੀਂ ਕਹੀਂ ਪਰ ਇੱਕ ਛੋਟਾ ਗੱਡਾ ਖੋਦਾ ਜਾਤਾ ਹੈ, ਜਿਸਮੇਂ ਕੋਈ ਬਿੱਲ ਨਹੀਂ ਰੱਖਾ ਜਾਤਾ, ਤੋ ਕਹੀਂ ਆਧਾ ਬਿੱਲ ਲਗਾਇਆ ਜਾਤਾ ਹੈ, ਇਸੇ ਕੱਚੀ ਖੂਹੀ ਕਹਿਤੇ ਹੈ, ਜੋ ਕਿ ਮਾਂ ਕੇ ਨਾਮ ਕੀ ਹੋਤੀ ਹੈ। ਪਰ ਹਮਨੇ ਯਹਾਂ ਇਸ ਪ੍ਰਥਾ ਮੇਂ ਥੋੜ੍ਹਾ ਫੇਰ ਬਦਲ ਕੀਆ ਹੈ। ਹਮਾਰੇ ਮਾਨਨੀਯ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਕੇ ਸੰਦਰਭ ਮੇਂ ਕਈ ਅਭਿਆਨ ਚਲਾਏ ਹੈਂ, ਤੋ ਹਮਨੇ ਵੀ ਬੇਟੀਓਂ ਕੋ ਆਪਣੀ ਸੰਸਕ੍ਰਿਤੀ ਕੀ ਇਸ ਧਰੋਹਰ ਸੇ ਜੋੜਤੇ ਹੋਏ ਰਾੜੇ ਦਬਾਨੇ ਕੀ ਇਸ ਪ੍ਰਾਚੀਨ ਪ੍ਰਥਾ ਮੇਂ ਬੇਟੀ ਕੇ ਨਾਮ ਕਾ ਵੀ ਰਾੜਾ ਦਬਾਨੇ ਕੀ ਪ੍ਰਥਾ ਕੋ ਚਲਾਇਆ ਔਰ ਆਪਣੇ ਗਾਓਂ ਮੇਂ ਇਸੇ ਦੇਖਣੇ ਕੇ ਲੀਏ ਘਰ ਘਰ ਗਏ, ਤੋ ਯਹ ਦੇਖ ਕਰ ਬਹੁਤ ਖੁਸ਼ੀ ਹੋਈ ਕਿ ਸਭੀ ਘਰੋਂ ਨੇ ਬੇਟੀਓਂ ਕੇ ਸਨਮਾਨ ਕੋ ਰੱਖਤੇ ਹੋਏ ਉਨਕੇ ਨਾਮ ਕਾ ਵੀ ਰਾੜਾ ਦਬਾਇਆ ਹੁਆ ਹੈ। ਰਾੜੇ ਵਾਲੇ ਸਥਾਨ ਕੋ ਅੱਛੀ ਪ੍ਰਕਾਰ ਖੋਦਾ ਜਾਤਾ ਹੈ, ਉਸਮੇਂ ਨਮੀ ਕਾਇਮ ਰੱਖਣੇ ਕੇ ਲੀਏ ਉਸੇ ਸਿੰਚਾ ਜਾਤਾ ਹੈ। ਬਿੱਲ ਕੋ ਅੱਛੀ ਪ੍ਰਕਾਰ ਸੇ ਦਬਾ ਕਰ ਰੰਗੀਨ ਆਟੇ ਸੇ ਚਿਤ੍ਰਿਤ ਕੀਆ ਜਾਤਾ ਹੈ। ਕਲਾ ਕੀ ਸਾਦਗੀ ਔਰ ਸੁੰਦਰਤਾ ਦੇਖਣੇ ਯੋਗੀ ਹੋਤੀ ਹੈ। ਲੜਕੀਆਂ ਬੜੀ ਬੇਸਬਰੀ ਸੇ ਇਸ ਤਿਉਹਾਰ ਕਾ ਇੰਤਜ਼ਾਰ ਕਰਤੀ ਹੈ। ਇਸ ਦਿਨ ਭਿੰਨ ਭਿੰਨ ਪ੍ਰਕਾਰ ਕੇ ਪਟਾਰ ਬਣਾਏ ਜਾਤੇ ਹੈ, ਜਿਸਮੇਂ ਫਲ ਪਕਵਾਨ ਟੋਕਰੀਆਂ ਪੱਖੀਆਂ ਆਦਿ ਹੋਤੀ ਹੈ ਔਰ ਇਹ ਭੇਂਟ ਸਵਰੂਪ ਲੜਕੀਓਂ ਕੇ ਸਸੁਰਾਲ ਭੇਜੀ ਜਾਤੀ ਹੈ। ਜਿਸ ਸਥਾਨ ਪਰ ਰਾੜੇ ਦਬਾਏ ਜਾਤੇ ਹੈ ਵਹਾਂ ਸਭੀ ਇਕੱਠੇ ਹੋ ਕਰ ਗੀਤ ਗਾਤੇ ਹੈ ਔਰ ਪਕਵਾਨ ਖਾਤੇ ਹੈ ਔਰ ਪੂਰੇ ਮਾਂ ਇਸੀ ਪ੍ਰਕਾਰ ਕੀ ਚਹਿਲ ਪਹਿਲ ਹੋਤੀ ਹੈ। ਘਮ ਰਾੜਾ ਚਿੱਤਰ ਕੁੜੇ, ਲੰਬੀ ਲੰਬੀ ਖਜੂਰ ਕੁੜੇ, ਮਾਏ ਨੇ ਧੀ ਪਿਆਰੀ ਕੁੜੇ, ਬਾਬੁਲ ਨੇ ਦਿੱਤੀ ਦੂਰ। ਰਾੜੋ ਮੇਂ ਸਾਵਨ ਕੇ ਮਹੀਨੇ ਮੇਂ ਬੋਇਆ ਜਾਣੇ ਵਾਲਾ ਅਨਾਜ ਔਰ ਦਾਲੋਂ ਕੇ ਬੀਜ ਬੋਏ ਜਾਤੇ ਹੈ। ਅਸਲ ਮੇਂ ਯਹ ਬੀਜੋਂ ਕੇ ਅੰਕੁਰਿਤ ਹੋਣੇ ਔਰ ਨਮੀ ਤਥਾ ਮਿੱਟੀ ਕੀ ਜਾਂਚ ਕਰਨੇ ਕਾ ਏਕ ਤਰੀਕਾ ਹੈ, ਜੋ ਕਿ ਏਕ ਪੀੜ੍ਹੀ ਸੇ ਦੂਸਰੀ ਪੀੜ੍ਹੀ ਕੋ ਇਸ ਤਿਉਹਾਰ ਕੇ ਰੂਪ ਮੇਂ ਸਥਾਨਾਂਤਰਿਤ ਕੀਆ ਜਾਤਾ ਹੈ। ਰਾੜੇ ਦਬਾਏ ਜਾਣੇ ਕੇ ਬਾਅਦ ਹਰ ਹਫ਼ਤੇ ਰਵੀਵਾਰ ਕੋ ਇਨ ਰਾੜੋਂ ਕੋ ਰੰਗੋਂ ਸੇ ਸਜਾਇਆ ਜਾਤਾ ਹੈ, ਗੀਤ ਗਾਏ ਜਾਤੇ ਹੈ। ਰਵੀਵਾਰ ਕੇ ਦਿਨ ਰੁੱਟ ਪਕਾਏ ਜਾਤੇ ਹੈ ਔਰ ਵਹੀ ਰਾੜੋਂ ਕੇ ਪਾਸ ਬੈਠ ਕਰ ਖਾਣਾ ਖਾਇਆ ਜਾਤਾ ਹੈ।
रंगों से सजाए राड़े दूर से बहुत सुंदर दिखाई पड़ते हैं। ऐसा जान पड़ता है जैसे सजी संवरी मूर्तियां गोल दायरे में रखी हुई हों। सावन मास की संक्रांति को बड़ा रुट होता है। इस दिन नई ब्याहता लड़कियों के ससुराल से पकवान यानी क्यूर, चरोलियां, खमीरे, चिल्ले, फल, मेवे, कपड़े और सकोल्डे भेजे जाते हैं। सकोल्डे ऊन के धागों से बने कान के झुमके होते हैं जो कि लड़कियां बड़े चाव से पहनती हैं और ये देखने में भी बहुत सुंदर होते हैं। दूसरे आम घरों में भी विभिन्न प्रकार के पकवान बनाए जाते हैं। उसी दिन राड़ों को उखाड़कर तालाबों, नहरों, नदियों आदि में बहाया जाता है और ये कामना की जाती है कि इस साल की तरह अगला साल भी खुशियों से भरा पूरा आए और औरतें गीत गाते हुए जाती हैं। बरसी बरदा बढ़िया, बरसी पैया बे, बरसी मेरे बाबल जी दे खेत, पेंट मेरी माई जी दे पेट, बदावा मेरा रंग रसियाए। हिमाचल में इसी प्रकार के त्यौहार को मिंजरों का त्यौहार कहा जाता है। चंबा नामक स्थान पर मिंजरों का मेला बहुत प्रसिद्ध है। रुट राड़ों के इस त्यौहार का संबंध मौसम अथवा प्रकृति से है। इसके माध्यम से बीजों की उपजाऊ शक्ति और मिट्टी की नमी की पड़ताल भी हो जाती है। इस त्यौहार की सबसे बड़ी खूबी ये है कि इससे आपसी भाईचारा पनपता है और हम अपनी परंपरा से जुड़े रहते हैं। आज बढ़ते और फैलते इलेक्ट्रॉनिक मीडिया के कारण हमारी प्राचीन परंपराएं और भाईचारे के प्रतीक ये त्यौहार लुप्त हो रहे हैं। इसीलिए अपनी संस्कृति के परिचायक इन कलाओं को जीवित रखने के प्रयास किए जाने चाहिए। राड़े चिनना, कलादा निखरना।